ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਰਨਬੀਰ ਸਿੰਘ ਰਾਣਾ ਭਗਵੰਤ ਮਾਨ ਸਰਕਾਰ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ ਤੇ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਰਹੀ ਹੈ ਤੇ ਹੁਣ ਇੱਕ ਹੋਰ ਵੱਡਾ ਫੈਸਲਾ ਲੈਣ ਜਾ ਰਹੀ ਹੈ ਭਗਵੰਤ ਮਾਨ ਸਰਕਾਰ ਦੱਸਦੀ ਹੈ ਕਿ ਪੰਜਾਬ ਦੇ ਲੋਕ ਹੁਣ ਪੰਜਾਬ ਸਰਕਾਰ ਦਾ ਬਜਟ ਖੁਦ ਬਣਾਉਣਗੇ ਕਿਹੜੇ ਵਿਭਾਗ ਦੇ ਵਿੱਚ ਕਿਹੜੇ ਡਿਪਾਰਟਮੈਂਟ ਦੇ ਵਿੱਚ ਜਾਂ ਕਿਸ ਖੇਤਰ ਦੇ ਵਿੱਚ ਕਿੰਨਾ ਪੈਸਾ ਅਲੋਕੇਟ ਹੋਵੇ ਕਿਸ ਦੇ ਲਈ ਤਾਂ ਤੁਸੀਂ ਉਸ ਦੇ ਲਈ ਸੁਝਾਅ ਦੇ ਸਕਦੇ ਹੋ ਦੱਸ ਦੇ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਏ ਇੱਕ ਪੋਰਟਲ ਲਾਂਚ ਕੀਤਾ ਜਾ ਰਿਹਾ ਏ ਜਿਸ ਤੇ ਤੁਸੀਂ ਆਪਣਾ ਸੁਝਾਅ ਦੇ ਸਕੋਗੇ ਦੱਸ ਦਈਏ ਕਿ ਕਿ ਸਿਹਤ ਸਿੱਖਿਆ ਜਾਂ ਹੋਰ ਜਿਹੜੇ ਜ਼ਰੂਰੀ ਖੇਤਰ ਨੇ ਉਹਨਾਂ ਦੇ ਵਿੱਚ ਕਿੰਨੇ ਕਿੰਨਾ ਜਿਹੜਾ ਫੰਡ ਹੈ ਜਾਂ ਕਿੰਨੇ ਕਿੰਨਾ ਬਜਟ ਹੈ ਉਹ ਰੱਖਿਆ ਜਾਵੇ ਜਾਂ ਜਿਸ ਢੰਗ ਦੇ ਨਾਲ ਸਕੂਲਾਂ ਦੇ ਲਈ ਹਸਪਤਾਲਾਂ ਦੇ ਲਈ ਸੜਕਾਂ ਦੇ ਲਈ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਉਸ ਦੇ ਲਈ ਬਜਟ ਜਿਹੜਾ ਉਹ ਕਿਵੇਂ ਦਾ ਹੋਵੇ ਇਸ ਦੇ ਲਈ ਤੁਸੀਂ ਸੁਝਾ ਦੇ ਸਕਦੇ ਹੋ ਪੰਜਾਬ ਦੀ ਜਨਤਾ ਸੁਝਾ ਦੇ ਸਕਦੀ ਹੈ ਤੇ ਉਸ ਦੇ ਸੁਝਾਅ ਤੋਂ ਬਾਅਦ ਹੀ ਪੰਜਾਬ ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਵੇਗਾ ਇਹ ਕਹਿਣਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਦੱਸਦੀ ਹੈ ਕਿ ਪੰਜਾਬ ਸਰਕਾਰ ਲਗਾਤਾਰ ਨਵਿਕਲੇ ਫੈਸਲੇ ਲੈ ਰਹੀ ਹੈ ਵੱਖਰੇ ਢੰਗ ਨਾਲ ਕੰਮ ਕਰ ਰਹੀ ਹੈ ਜਦੋਂ ਤੋਂ ਸੱਤਾ ਸੰਭਾਲੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਲਗਾਤਾਰ ਵੱਡੇ ਫੈਸਲੇ ਵੀ ਕੀਤੇ ਜਾ ਰਹੇ ਨੇ ਤੇ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦਾ ਬਜਟ ਖੁਦ ਤਿਆਰ ਕਰਨਗੇ ਉਹ ਕਿਵੇਂ ਤਿਆਰ ਕਰਨਗੇ ਕਿ ਜਿਹੜਾ ਪੋਰਟਲ ਹੈ ਉਹ ਲਾਂਚ ਕੀਤਾ ਗਿਆ ਹੈ ਪੋਰਟਲ ਤੇ ਜਾ ਕੇ ਤੁਸੀਂ ਸੁਝਾਅ ਦੇ ਸਕਦੇ ਹੋ ਕਿ ਬਜਟ ਜਿਹੜਾ ਇਹ ਕਿਵੇਂ ਦਾ ਹੋਵੇ ਕਿੱਥੇ ਟੈਕਸ ਵਧਾਏ ਜਾਣ ਕਿੱਥੇ ਟੈਕਸ ਘਟਾਏ ਜਾਣ ਕਿਹੜੀ ਚੀਜ਼ ਮਹਿੰਗੀ ਕੀਤੀ ਜਾਵੇ ਕਿਹੜੀ ਚੀਜ਼ ਸਸਤੀ ਕੀਤੀ ਜਾਵੇ ਉਸ ਤੋਂ ਬਾਅਦ ਸਾਰੇ ਸੁਝਾਅ ਪੜਨ ਤੋਂ ਬਾਅਦ ਜਿਹੜਾ ਇਹ ਪੰਜਾਬ ਦਾ ਬਜਟ ਉਹ ਤਿਆਰ ਕੀਤਾ ਜਾਏਗਾ ਦੱਸ ਦिए ਕਿ ਹਾਲੇ 3 ਮਹੀਨਿਆਂ ਦਾ ਜਿਹੜਾ ਬਜਟ ਹੈ ਉਹ ਔਨ ਅਕਾਊਂਟ ਜਿਹੜਾ ਇਹ ਉਹ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ 3 ਮਹੀਨਿਆਂ ਬਾਅਦ ਹੁਣ ਜਿਹੜਾ ਪੂਰਨ ਬਜਟ ਜਿਹੜਾ ਪੰਜਾਬ ਸਰਕਾਰ ਦਾ ਉਹ ਲਿਆਂਦਾ ਜਾਣਾ ਹੈ ਤੇ ਜਿਸ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਨਵਾਂ ਪੋਰਟਲ ਹੈ ਜਿਹੜਾ ਨਵੇਂ ਪੋਰਟਲ ਤੇ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਦੱਸਦੀ ਹੈ ਕਿ ਜਿਹੜੇ ਦੋ ਮੇਜਰ ਚੀਜ਼ਾਂ ਨੇ ਇੱਕ ਸਿਹਤ ਅਤੇ ਸਿੱਖਿਆ ਦੋਵੇਂ ਜਿਹੜੀਆਂ ਬਹੁਤ ਜ਼ਰੂਰੀ ਨੇ ਪਰ ਪੰਜਾਬ ਦੇ ਵਿੱਚ ਚਾਹੇ ਸਿਹਤ ਹੋਵੇ ਜਾਂ ਸਿੱਖਿਆ ਹੋਵੇ ਉਸ ਤੇ ਉਹਨਾਂ ਬਜਟ ਨਹੀਂ ਖਰਚਿਆ ਜਾਂਦਾ ਉਸ ਤੋਂ ਬਾਅਦ ਖੇਤੀਬਾੜੀ ਦੀ ਗੱਲ ਆਉਂਦੀ ਹੈ ਕਿਸਾਨਾਂ ਦੀ ਗੱਲ ਆਉਂਦੀ ਹੈ ਤੇ ਉਸ ਦੇ ਲਈ ਕਿੰਨਾ ਬਜਟ ਅਲੋਕੇਟ ਕੀਤਾ ਜਾਵੇ ਸਾਰੀਆਂ ਚੀਜ਼ਾਂ ਜਾਂ ਹੋਰ ਬਹੁਤ ਸਾਰੇ ਸੁਝਾਅ ਜਿਹੜੇ ਨੇ ਉਹ ਮਾਹਰ ਦੇ ਸਕਦੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਜਿਹੜਾ ਆਪਣਾ ਬਜਟ ਆ ਉਹ ਬਣਾਏਗੀ ਹਾਲਾਂਕਿ ਹਰ ਸਾਲ ਘਾਟੇ ਵਾਲਾ ਬਜਟ ਹੀ ਪੇਸ਼ ਹੁੰਦਾ ਏ ਤੇ ਪੰਜਾਬ ਤੇ ਹੁਣ ਕਰੀਬ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਇਹ ਪਹੁੰਚ ਗਿਆ ਹੈ ਪੰਜਾਬ ਦੀ ਆਮਦਨ ਘਟ ਹੈ ਖਰਚੇ ਜਿਹੜੇ ਨੇ ਉਹ ਜ਼ਿਆਦਾ ਨੇ ਪਿਛਲੀ ਵਾਰ 88000 ਕਰੋੜ ਦਾ ਕਰੀਬ-ਕਰੀਬ ਜਿਹੜੇ ਇਨਕਮ ਹੈ ਉਹ ਮਿੱਥੀ ਗਈ ਸੀ ਜਦਕਿ ਜਿਹੜਾ ਟੀਚਾ ਏ ਉਹ ਜ਼ਿਆਦਾ ਸੀਗਾ ਜੋ ਪੂਰਾ ਨਹੀਂ ਹੋ ਸਕਿਆ ਤੇ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਨਵਾਂ ਫੈਸਲਾ ਜਿਹੜਾ ਇਹ ਲਿਆ ਗਿਆ ਏ ਕਿ ਪੋਰਟਲ ਲਾਂਚ ਕੀਤਾ ਜਾਊਗਾ ਪੋਰਟਲ ਤੇ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਬਜਟ ਜਿਹੜਾ ਇਹ ਪੰਜਾਬ ਦੀ ਜਨਤਾ ਆਪਣਾ ਖੁਦ ਬਣਾ ਸਕੇਗੀ